नमस्कार सत श्री अकाल ਤੁਹਾਡਾ ਪੰਜਾਬ ਇਲੈਕਸ਼ਨ ਸਪੈਸ਼ਲ ਡਿਬੇਟ ਵਿੱਚ ਸਵਾਗਤ ਹੈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਅੰਤਰਰਾਜੀ ਮਸਲੇ ਪੰਜਾਬ ਦੀ ਸਿਆਸਤ ਦਾ ਧੁਨਾ ਧੁਰਾ ਬਣੇ ਰਹੇ ਹਨ। ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ ਦੀ ਵੰਡ ਅਤੇ ਚੰਡੀਗੜ੍ਹ ਉੱਤੇ ਪੰਜਾਬ ਦੀ ਦਾਅਵੇਦਾਰੀ ਲਗਾਤਾਰ ਚਰਚਾ ਵਿੱਚ ਰਹੀ ਹੈ। ਬਿਨਾਂ ਕਿਸੇ ਨੇਪਰੇ ਲੱਗੇ ਇਹ ਮਸਲੇ ਵਿਧਾਨ ਸਭਾ ਚੋਣਾਂ ਵਿੱਚੋਂ ਗੈਰ ਹਾਜ਼ਰ ਕਿਵੇਂ ਹੋ ਗਏ? ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਕਈ ਮਸਲੇ ਅਣਸੁਲਝੇ ਪਏ ਹਨ। ਸ਼੍ਰੋਮਣੀ ਅਕਾਲੀ ਦਲ ਸੂਬਿਆਂ ਨੂੰ ਵੱਧ ਅਖਤਿਆਰਾਂ ਦੀ ਮੰਗ ਨਾਲ ਸਿਆਸਤ ਕਰਦਾ ਰਿਹਾ। ਖੇਤਰੀ ਪਾਰਟੀਆਂ ਦੀ ਅਹਿਮੀਅਤ ਗੱਠਜੋੜ ਸਿਆਸਤ ਵਿੱਚ ਵੱਧ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੇਂਦਰੀ ਸਰਕਾਰ ਦਾ ਭਾਈਵਾਲ ਰਹਿ ਚੁੱਕਿਆ ਹੈ। ਇਸੇ ਸਮੇਂ ਦੌਰਾਨ ਪੰਜਾਬ ਨਾਲ ਜੁੜੇ ਅੰਤਰਰਾਜੀ ਮਸਲੇ ਠੰਡੇ ਬਸਤੇ ਵਿੱਚ ਪਾ ਦਿੱਤੇ ਗਏ ਹਨ। ਦੂਜਾ ਪੱਖ ਇਹ ਵੀ ਹੋ ਸਕਦਾ ਹੈ ਕਿ ਸਿਆਸੀ ਪਾਰਟੀਆਂ ਨੂੰ ਸਮਝ ਆ ਗਈ ਹੈ ਕਿ ਅੰਤਰਰਾਜੀ ਮਸਲਿਆਂ ਨਾਲ ਵੋਟਾਂ ਨਹੀਂ ਮਿਲ ਸਕਦੀਆਂ। ਇਹ ਸਮਝਣਾ ਦਿਲਚਸਪ ਰਹੇਗਾ ਕਿ ਕਿਹੜੇ ਮਸਲੇ ਅੰਤਰਰਾਜੀ ਮਸਲਿਆਂ ਉੱਤੇ ਭਾਰੂ ਪਏ ਹਨ। ਮੌਜੂਦਾ ਵਿਧਾਨ ਸਭਾ ਚੋਣਾਂ ਨਾਲ ਪੰਜਾਬ ਦੀ ਸਿਆਸਤ ਆਪਣੇ ਰਵਾਇਤੀ ਖਾਸੇ ਤੋਂ ਨਿਖੇੜਾ ਕਰਦੀ ਵਿਖਾਈ ਦਿੰਦੀ ਹੈ। ਇਹ ਨਿਖੇੜਾ ਮਜਬੂਰੀਆਂ ਕਾਰਨ ਹੈ ਜਾਂ ਕੁਝ ਹੋਰ ਇਸ ਦੇ ਕਾਰਨ ਹਨ? ਇਸ ਮਸਲੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਗੁਰਦਰਸ਼ਨ ਸਿੰਘ ਢਿੱਲੋਂ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇਤਿਹਾਸ ਪੜ੍ਹਾਉਂਦੇ ਰਹੇ ਹਨ ਤੇ ਇਹਨਾਂ ਨੇ ਕਈ ਕਿਤਾਬਾਂ ਲਿਖੀਆਂ ਹਨ। ਪ੍ਰੀਤਮ ਸਿੰਘ ਕੁੰਮੇਦਾਨ, ਜੋ ਪੰਜਾਬ ਦੇ ਮਸਲਿਆਂ ਬਾਰੇ ਲਗਾਤਾਰ ਲਿਖਦੇ ਰਹੇ ਹਨ ਤੇ ਦਰਿਆਈ ਪਾਣੀ ਤੇ ਅੰਤਰਰਾਜੀ ਮਸਲਿਆਂ ਦੇ ਮਾਹਿਰ ਹਨ। ਜਤਿੰਦਰ ਸਿੰਘ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਹਨ। ਮਨਜੀਤ ਸਿੰਘ ਖਹਿਰਾ, ਜੋ ਨਾਮੀ ਵਕੀਲ ਹਨ ਤੇ ਇਹਨਾਂ ਮਸਲਿਆਂ ਉੱਤੇ ਲਗਾਤਾਰ ਸੋਚਦੇ ਸਮਝਦੇ ਪੜ੍ਹਦੇ ਰਹਿੰਦੇ ਹਨ। ਤੁਹਾਡਾ ਸਾਰਿਆਂ ਦਾ ਇਸ ਚਰਚਾ ਵਿੱਚ ਸਵਾਗਤ ਹੈ। ਢਿੱਲੋਂ ਸਾਹਿਬ, ਆਪਾਂ ਚਰਚਾ ਤੁਹਾਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਅਜਿਹੇ ਮਸਲੇ ਨੇ ਜਿਹੜੇ ਅੰਤਰਰਾਜੀ ਜਿਨ੍ਹਾਂ ਦਾ ਖਾਸਾ ਹੈ? ਪੰਜਾਬ 'ਚ ਜੀ ਸਭ ਤੋਂ ਇੰਪੋਰਟੈਂਟ ਦੋ ਮਸਲੇ ਆ, ਜਿਹੜੇ ਇੰਟਰ ਸਟੇਟ ਡਿਸਪਿਊਟਸ ਜਿਨ੍ਹਾਂ ਦੇ ਲਗਾਤਾਰ ਕਾਫੀ ਦੇਰ ਤੋਂ ਚੱਲਦੇ ਆ ਰਹੇ ਆ। ਇੱਕ ਤਾਂ ਟੈਰੀਟੋਰੀਅਲ ਡਿਸਪਿਊਟ ਹੈ ਜੀ, ਦੂਸਰਾ ਉਸ ਦੇ ਨਾਲ ਹੀ ਰਿਲੇਟਡ ਚੰਡੀਗੜ੍ਹ ਦਾ ਕੈਪੀਟਲ ਦਾ ਡਿਸਪਿਊਟ ਹੈ। ਨੰਬਰ 2 ਦੇ ਉੱਤੇ ਜਿਹੜਾ ਸਭ ਤੋਂ ਇੰਪੋਰਟੈਂਟ ਇਸ਼ੂ ਆ, ਪਾਣੀ ਦਾ ਇਸ਼ੂ ਆ, ਦਰਿਆਈ ਪਾਣੀਆਂ ਦਾ ਇਸ਼ੂ ਆ। ਤੋ ਇਹ ਤਿੰਨੇ ਇਸ਼ੂ ਬਹੁਤ ਇੰਪੋਰਟੈਂਟ ਆ, ਬਹੁਤ ਅਹਿਮੀਅਤ ਰੱਖਦੇ ਆ ਔਰ ਇਹਨਾਂ ਦੀ ਬੜੀ ਇੰਪੋਰਟੈਂਟ ਸਥਾਨ ਆ। ਖਾਸ ਤੌਰ ਦੇ ਉੱਤੇ ਪਾਣੀਆਂ ਤੋਂ ਬਗੈਰ ਪੰਜਾਬ ਦਾ ਜਿਹੜਾ ਫਿਊਚਰ ਆ ਪੋਲੀਟੀਕਲ ਇਕਨੋਮਿਕ, ਉਹ ਡਿਸਮਿਲ ਆ ਔਰ ਬਹੁਤ ਉਸਦਾ ਪੰਜਾਬ ਨੂੰ ਨੁਕਸਾਨ ਹੋਏਗਾ ਜੇ ਉਹ ਪੰਜਾਬ ਦਾ ਜਿਹੜਾ ਹੱਕ ਹੈ ਰਾਇਪੇਰੀਅਨ ਲਾ ਔਰ ਇੰਡੀਅਨ ਕੰਸਟੀਟਿਊਸ਼ਨ ਦੇ ਮੁਤਾਬਕ ਵੀ ਪੰਜਾਬ ਦਾ ਹੀ ਹੱਕ ਆ, ਜੇ ਪੰਜਾਬ ਨੂੰ ਰਿਸਟੋਰ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਦੇ ਨਾਲ ਇੱਕ ਅਨਕੰਸਟੀਟਿਊਸ਼ਨੈਲਿਟੀ ਹੈ। ਪੰਜਾਬ ਦੇ ਜਦੋਂ ਪੰਜਾਬੀ ਸੂਬਾ ਬਣਿਆ 1966 ਦੇ ਵਿੱਚ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ 3 ਕਲੋਜ਼ਸ ਪਾ ਦਿੱਤੀਆਂ ਜਿਹੜੀਆਂ ਅਲਟਰਾ ਵਾਰਿਸ ਆ ਆਫ ਦੀ ਇੰਡੀਅਨ ਕੰਸਟੀਟਿਊਸ਼ਨ 78, 79, 80। ਇਹ 3 ਕਲੋਜ਼ਸ ਦੇ ਮੁਤਾਬਕ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ, ਡਿਵੈਲਪਮੈਂਟ ਆਫ ਪੰਜਾਬ ਰਿਵਰਸ, ਕੰਟਰੋਲ ਆਫ ਹੈੱਡਵਰਕਸ, ਇਹ ਤਿੰਨੇ ਸਟੇਟ ਸਬਜੈਕਟਸ ਆ। ਲੇਕਿਨ ਅਨਫੋਰਚੁਨੇਟਲੀ ਪੰਜਾਬ ਇੱਕ ਐਸੀ ਸਟੇਟ ਆ ਜਿਹੜੇ ਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਕਿ ਸਟੇਟ ਦੇ ਸਬਜੈਕਟ ਆ ਇਹ ਸੈਂਟਰ ਦੇ ਕੋਲ। ਤੋ ਇਸ ਤਰੀਕੇ ਨਾਲ ਕਲੀਅਰਲੀ ਪੰਜਾਬ ਦੇ ਨਾਲ ਇੱਕ ਅਨਕੰਸਟੀਟਿਊਸ਼ਨੈਲਿਟੀ ਹੋਈ ਵੀ ਆ ਔਰ ਜਿਸ ਨੂੰ ਪਹਿਲੀ ਵਾਰ ਜੇ ਕਿਸੇ ਬੰਦੇ ਨੇ ਥੋੜ੍ਹੀ ਜਿਹੀ ਸੀਰੀਅਸਨੈਸ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਉਹ ਮਹਾਰਾਜਾ ਅਮਰਿੰਦਰ ਸਿੰਘ ਆ। ਉਸ ਨੇ ਇੱਕ ਜਿਹੜਾ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਬਿੱਲ ਪਾਸ ਕੀਤਾ ਔਰ ਉਹ ਬਿੱਲ ਹਲੇ ਐਕਟ ਨਹੀਂ ਬਣਿਆ, ਉਸ ਦੇ ਉੱਤੇ ਸੈਂਟਰ ਨੇ ਉਸ ਨੂੰ ਸੁਪਰੀਮ ਕੋਰਟ ਦੇ ਕੋਲ ਰੈਫਰ ਕਰ ਦਿੱਤਾ। ਆ ਜਿਹੜੇ ਆਪਣੇ ਅਕਾਲੀ ਦਲ ਦੀ ਸਰਕਾਰ ਆ, ਇਹਨਾਂ ਨੇ ਅਕਾਲੀ ਪਾਰਟੀ ਨੇ ਪਿਛਲੀ ਵਾਰ ਆਪਣੇ ਮੈਨੀਫੈਸਟੋ 'ਚ ਕਿਹਾ ਸੀ ਕਿ ਉਸ ਦੀ 5ਵੀਂ ਧਾਰਾ ਹੈ ਜਿਸ ਦੇ ਮੁਤਾਬਕ ਜਿਹੜਾ ਆਲਰੇਡੀ ਪਾਣੀ ਜਾ ਰਿਹਾ ਦੂਜੀਆਂ ਸਟੇਟਾਂ ਨੂੰ ਤਾਂ ਉਹ ਬਿੱਲ ਦੇ ਮੁਤਾਬਕ ਉਹ ਜਾਂਦਾ ਰਹਿਣਾ ਅਲਾਓ ਕੀਤਾ ਸੀ। ਲੇਕਿਨ ਇਹ ਸ਼੍ਰੋਮਣੀ ਅਕਾਲੀ ਦਲ ਨੇ, ਬਾਦਲ ਅਕਾਲੀ ਦਲ ਨੇ ਕਿਹਾ ਸੀ ਵੀ ਅਸੀਂ ਉਹ 5 ਧਾਰਾ ਨੂੰ ਵੀ ਖਤਮ ਕਰ ਦਾਂਗੇ ਜਦੋਂ ਜੇ ਅਸੀਂ ਸਟੇਟ ਦੀ ਪਾਵਰ 'ਚ ਆ ਗਏ। ਲੇਕਿਨ ਬਦਕਿਸਮਤੀ ਇਹ ਹੈ ਜਦੋਂ ਇਹ ਸਟੇਟ ਪਾਵਰ 'ਚ ਆਏ ਤਾਂ ਉਸੇ ਵੇਲੇ ਇਹਨਾਂ ਨੂੰ ਦਬਕਾ ਵੱਜਿਆ ਬੀਜੇਪੀ ਤੋਂ ਔਰ ਇਹਨਾਂ ਨੇ ਉਹ ਜਿਹੜਾ ਮੈਨੀਫੈਸਟੋ ਮਸਲੇ ਦੇ ਉੱਤੇ ਉਹ ਤੋਂ ਬਾਅਦ ਉਹ ਬਿਲਕੁਲ ਬਾਅਦ ਟੁੱਟ ਰਹੇ ਆ, ਠੱਪ ਕਰ ਦਿੱਤਾ। ਹਾਂਜੀ ਹਾਂਜੀ, ਕੁਮੇਦਾਨ ਸਾਹਿਬ, ਮੈਂ ਤੁਹਾਤੋਂ ਇਹ ਪੁੱਛਣਾ ਚਾਹੁੰਦਾ ਕਿ ਵੀ ਜਿਹੜੇ ਇਹ ਮਸਲੇ ਨੇ ਅੰਤਰਰਾਜੀ ਮਸਲੇ ਪੰਜਾਬ ਦੇ, ਇਹ ਹੁਣ ਸਿਆਸਤ ਲਈ ਬਿਲਕੁਲ ਰੈਲੇਵੈਂਟ ਨਹੀਂ ਰਹਿ ਗਏ ਕਿ ਕੋਈ ਵੀ ਸਿਆਸੀ ਪਾਰਟੀ ਇਹਨਾਂ ਦੀ ਗੱਲ ਨਹੀਂ ਕਰ ਰਹੀ ਵਿਧਾਨ ਸਭਾ ਚੋਣਾਂ 'ਚ? ਵਿਧਾਨ ਸਭਾ ਚੋਣਾਂ 'ਚ ਜਿੰਨੀ ਕੁ ਪਾਰਟ ਇਹਨਾਂ ਮਸਲਿਆਂ ਨੂੰ ਦੇਣੀ ਚਾਹੀਦੀ ਆ ਉਦੋਂ ਮੈਨੀਫੈਸਟੋ 'ਚ ਲਿਖ ਦਿੰਦੇ ਆ, ਪਰ ਓਨੀ ਇੰਪੋਰਟੈਂਸ ਕੋਈ ਪਾਰਟੀ ਨਹੀਂ ਦਿੰਦੀ। ਜਦੋਂ ਇਲੈਕਸ਼ਨ ਹੋ ਜਾਂਦੇ ਉਦੋਂ ਭੁੱਲ ਜਾਂਦੇ ਆ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਇਹਨਾਂ ਮਸਲਿਆਂ ਦੇ ਉੱਤੇ ਵੋਟਾਂ ਨਹੀਂ ਪੈ ਸਕਦੀਆਂ? ਨਹੀਂ, ਚੱਲਦੇ ਤਾਂ ਹੈ, ਜੇ ਪਾਣੀ ਦਾ ਮਸਲਾ ਸੁਪਰੀਮ ਕੋਰਟ ਚੱਲੀ ਜਾਂਦਾ 20-30-40 ਸਾਲ ਉਹ ਚੱਲੇ ਆ। ਨਹੀਂ, ਉਹਦੀ ਜਿਹੜੀ ਕਾਨੂੰਨੀ ਪੈਰਵਾਈ ਵਾਲਾ ਮਸਲਾ ਵੱਖਰਾ, ਪਰ ਜਿੱਥੇ ਤੱਕ ਲੋਕਾਂ ਕੋਲ ਜਾ ਕੇ ਉਹਨਾਂ ਤੇ ਵੋਟਾਂ ਪਵਾਉਣ ਦਾ ਮਸਲਾ, ਉੱਥੇ ਇਹਦੀ ਕਿੰਨੀ ਕੁ ਹੁਣ ਐਵੇਂ? ਇਸ ਗੱਲ 'ਚ ਤੁਹਾਡੀ ਗੱਲ ਨੂੰ ਥੋੜ੍ਹਾ ਇੰਟਰਫੇਅਰ ਕਰਦਾ, ਮਾਫ਼ ਕਰਨਾ।
एक गल की बड़ी अहमियत है। अज जे महाराजा अमरिंदर सिंह की क्रेडिबिलिटी है अमंग द मासिस ऑफ पंजाब इसे करके आ कि उसने वह बिल पास किया पंजाब लैजिस्लेचर के जे उस क्रेडिबल लीडर मानते हैं एक्सैप्ट करते पंजाब के लोग इसे करके करते हैं। एक ही उसका काम है जो बहुत रिमार्केबल है जिसनों ईवन ओपोनेंट भी जो ऑनेस्ट होमानदार हो उसू नहीं कह सकता उसने गलत काम किया। जोगिंदर इन मसलों की जो सारे अंतरराजी मसले ने इन्हों की अज के दिन पंजाब की सियासत विच ते पंजाब दे समाज विच पंजाब दे भविख लई किन्नी अहमियत बनती है? अंतरराजी मसलों की अहमियत तो हमेशा ही रही है। मतलब जिहड़े भी झगड़े राज्यां दे विचकार हुंदे ने उन्हां दा समय सिर हल होना बहुत इंपोर्टेंट हुंदा है। पर मैं इस तो पहला एक गल होर जिहड़ी है जिथों मैं अपनी गल नूं शुरू करना चाहुंदा है वह गल मैं शुरू करना चाहुंदा है भी 12 अप्रैल 2010 नूं जदों इह सारा प्रोसैस चल रहा है भी बिजली बोर्ड का निगमीकरण करना है उदों जिहड़ियां मुलाजम जथेबंदियां ने वह प्रकाश सिंह बादल कोले जांदियां ने ते उन्हां नूं कहिंदियां ने भी इहदा निगमीकरण नहीं होना चाहीदा तो अपनी अपना अपनी जिहड़ी मजबूरी है एक उन्हां दे सामने रखदे ने वह मजबूरी ये सामने रखते हैं भी जे असी निगमीकरण नहीं करते तो वर्ल्ड बैंक तो आ रहा पैसा जिहड़ा विकास के कार्यों च लगता है वह मिलना बंद हो जाएगा तो इस करके असी बाध्य हाँ असी उन्हां दियां टर्म्स ते जां उन्हां दे लोन लैण वास्ते सानू यह मजबूरी च कदम चकना पैंदा है। मेरा सवाल यह है तो यह काम कैप्टन अमरिंदर की सरकार 2003 तो बाद लगातार शुरू हुंदा जिहड़ा कि प्रकाश सिंह बादल की सरकार दे अंतरराजी मसलियां नाल किस तरीके नाल इहनां दा अंतरराजी मसलियां नाल संबंध यह बनता भी जे तुसीं थोड़ी पॉलिटिक्स उस मजबूरी के तहत आउंदी है जिहदे तहत तुसीं सिक्ख्या सिहत सहूलतां जां सड़कां जिहड़ियां बहुत कॉमन मुद्दे बनते हैं सारे लोगों हरेक समाज के बुनियादी हरेक समाज के बुनियादी मुद्दे बनते हैं जे तुसीं उन्हां नूं लोन बेसिस से करजे के रूप से उन्हां नूं लैना है तो एड्डी आर्थिक जिहड़ी थोड़ी जिहड़ी आर्थिक निर्भरता है जिहड़ा तुसीं डिपेंड करते हो गहने रखते हो अपनी आर्थिकता नूं फिर वह आर्थिकता नूं गहने रख के थोड़ी राजनीति ते उहदा असर पैणा ही पैणा है तो इस करके लोगों के मुद्दों की गल तो बिना जे तुहानूं वोटां मिलदियां ने तो वह कोई समस्या नहीं रहिंदी क्योंकि जे आपां सारियां पार्टियां नूं देखिए सारियां पार्टियां दे मुखियां नूं देखिए उन्होंने एक गल तय की है भी असी कैंडीडेट वह रखना है जिहड़ा जितदा होवे जितता तुसीं कहिंदे भी सकदे हो यह उन्होंने भी पता है जे फिर जित ही अहम है जे लोकतंत्र दे विच जिहड़ा कि लोकां दे मुद्दे दा विचार करदे जिस किस्म दे हालात दे विचों असीं इस वेले निकल रहे हैं उस दे विच पार्टियां जितने लई हर हर बार वरतदियां ने ते उन्हां लई जिहड़े समाज दे बुनियादी नुक्ते ने वह उस तरीके नाल अहम नहीं रहे अहम नहीं रहे ते उसे करके ही जिहड़े अंतरराजी मसले ने वह नज़रअंदाज हो नज़रअंदाज हुंदे ने। हाँ जी खैर साहब तुसीं इन्हां मुद्दियां नाल लगातार जुड़े रहे हो। हाँ जी ये साडी पंजाब दी पोलिटिकल ट्रेजडी यह है कि इशू बेस्ड पॉलिटिक्स तो परसनैलिटी बेस्ड पॉलिटिक्स बन गया। जदों पंजाबी सूबा बनिया उदों सरदार हुकम सिंह की प्रधानगी च कमेटी बनी सी टू कार्व आउट दी स्टेट मगर जिस दिन पार्लीमेंट च स्पीकर से उदों उन्होंने अनाउंस करना सी एक दिन पहला होम मिनिस्टर ने डिकलेयर करके कमीशन बना था ये एक इशू जिहड़ा मैरिट ते डिसाइड होना सी आल पार्टी कमेटी ने डिसाइड करना सी ओह गुलजारी लाल नंदे की परसनल विम से डिसाइड होने आ गया और उसका रिजल्ट होया कि एक लगेसी छड गया हो चंडीगढ़ का ते पंजाबी स्पीकिंग एरिया की प्रॉब्लम हुण तां हल नहीं हुई। जिहड़ी लीडरशिप है स्पैशली अकाली दल की लीडरशिप है जिहदी डिमांड ते बनिया सी ओह कंसिस्टेंटली वोट पॉलिटिक्स ते कॉन्सेंट्रेट करते रहे इशूज नूं छड दे गए मुद्दे लगातार इग्नोर होते रहे और मुद्दों को सिर्फ एजुटेशनल पॉलिटिक्स यूज करने तक रह गए ना कि उसका हल लभण लई सॉल्व कराने लई। इहदा मतलब जदों सरकार बनाउणी है उदों उह मुद्दे अहम नहीं जदों तुसीं ओपोजिशन च हो ते तुसीं उहनां ते एजुटेशन कर सकदे हो। एजुटेशनल पॉलिटिक्स जिहड़ा हुण खत्म हुंदा जांदा उस स्टाइल वी आर एंटरिंग ए डिफरेंट स्टाइल ऑफ पॉलिटिक्स नाउ वह जिहड़ा एजुटेशनल पॉलिटिक्स सी जिहनूं अकाली मोर्चा पॉलिटिक्स कहिंदे सी बादल सरकार मेरे अकॉर्डिंगली मैं एग्जाम किया एग्जाम कर लिया मेरे अकॉर्डिंगली बादल सरकार बेस्ट रहूगी
ਫਸਟਲੀ ਇਹਦਾ ਕਾਰਨ ਆ ਸਾਡੇ ਬਿੱਲ ਮਾਫ ਹੋਣਗੇ। ਅੱਛਾ, ਕਿਸਾਨਾਂ ਦਾ ਬਹੁਤ ਜ਼ਿਆਦਾ ਸੋਚਦੇ ਆ। ਹਾਂਜੀ, ਆਪਾਂ ਜਿਹੜਾ ਅੱਜ ਮਸਲੇ ਦੇ ਉੱਤੇ ਗੱਲ ਕਰ ਰਹੇ ਹਾਂ ਉਹ ਇਹ ਹੈ ਕਿ ਵੀ ਜਿਹੜੇ ਪੰਜਾਬ ਦੇ ਅੰਤਰਰਾਜੀ ਮਸਲੇ ਨੇ, ਹਰਿਆਣੇ ਨਾਲ, ਰਾਜਸਥਾਨ ਨਾਲ, ਚੰਡੀਗੜ੍ਹ ਬਾਰੇ, ਪਾਣੀਆਂ ਬਾਰੇ, ਉਹਨਾਂ ਮਸਲਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਬਾਰੇ ਇਹੀ ਕਹਿਣਾ ਚਾਹਾਂਗੇ ਕਿ ਬਾਦਲ ਸਰਕਾਰ ਦਾ ਬੈਸਟ ਸਰਕਾਰ ਆ। ਤੁਸੀਂ ਬਾਦਲ ਸਰਕਾਰ ਦੇ ਕੁਛ ਮਤਲਬ ਉਹ ਪਾਰਟੀ ਨਾਲ ਜੁੜੇ ਹੋਏ ਹੋ? ਪਾਰਟੀ ਨਾਲ ਨਹੀਂ ਜੁੜੇ, ਇਵਨ ਕਿ ਸਾਡੀਆਂ ਵੋਟਾਂ ਵੀ ਪਿੰਡ ਚੋਂ ਕਟਾ ਦਿੱਤੀਆਂ ਗਈਆਂ ਆ। ਠੀਕ, ਜੁੜਨ ਲਈ ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਪ੍ਰਿਤਪਾਲ ਸਿੰਘ ਬੋਲ ਰਿਹਾ ਬਠਿੰਡੇ ਤੋਂ ਜੀ। ਹਾਂਜੀ, ਮੈਂ ਇਹ ਕਹਿਣਾ ਜੀ ਵੀ ਜਿਹੜੇ ਇੰਟਰ ਸਟੇਟ ਮਤਲਬ ਝਗੜੇ ਹੈ ਜਾਂ ਮਸਲੇ ਹੈ, ਹਾਂਜੀ, ਇਹਨਾਂ ਤੇ ਸਰਕਾਰਾਂ ਕਮਿਸ਼ਨ ਬਣਾ ਦਿੰਦੀਆਂ। ਹਾਂਜੀ, ਇਹਨਾਂ ਦਾ ਕਦੇ ਕਮਿਸ਼ਨ ਨੇ ਕੋਈ ਕਿਸੇ ਕਮਿਸ਼ਨ ਦੀ ਕੋਈ ਆਉਟਪੁੱਟ ਨੀ। 20-20 ਸਾਲ 30-30 ਸਾਲ ਕਮਿਸ਼ਨ ਚੱਲੀ ਜਾਂਦੇ ਆ। ਇਹ ਸਰਕਾਰਾਂ ਦੀ ਜਾਂ ਜਿਹੜੇ ਕਮਿਸ਼ਨ ਬਣਦੇ ਆ ਉਹ ਸਿਰਫ ਉਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਬਣਾਏ ਜਾਂਦੇ ਆ। ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣੇ ਨੂੰ ਤੁਰਿਆ ਜਾਂਦਾ ਹੈ। ਹਾਂਜੀ, ਕੀ ਮਤਲਬ ਸਾਨੂੰ ਕੋਈ ਹੋਰ ਕਿਸੇ ਸਟੇਟ ਤੋਂ ਸਾਨੂੰ ਵੀ ਇਸ ਕਿਸਮ ਦਾ ਕੋਈ ਬੈਨੀਫਿਟ ਮਿਲਦਾ? ਤੇ ਅਸੀਂ ਇਹਦਾ ਜਿਹੜਾ ਹੈਗਾ ਵਿਰੋਧ ਕਿਉਂ ਨੀ ਕਰਦੇ? ਇਹ ਅਸੀਂ ਸਾਰੇ ਇਸ ਇਸ਼ੂ ਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਮਤਲਬ ਇਹ ਕੇਸ ਲੜਨਾ ਚਾਹੀਦਾ, ਨਾ ਕਿ ਇਹਦੇ ਤੇ ਕਮਿਸ਼ਨ ਬਣਾਉਣੇ ਚਾਹੀਦੇ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਢਿੱਲੋਂ ਸਾਹਿਬ, ਤੁਸੀਂ ਕੁਛ ਕਹਿਣਾ ਚਾਹ ਰਹੇ ਸੀ ਪਰ ਮੈਂ ਇੱਕ ਗੱਲ ਜੋੜਨੀ ਆ ਉਹਦੇ ਵਿੱਚ, ਇਹ ਹੈ ਕਿ ਵੀ ਇਸ ਵੇਲੇ ਕੋਈ ਜਿਹੜੀ ਸਿਆਸੀ ਪਾਰਟੀ ਹੈ ਇਹਨਾਂ ਮਸਲਿਆਂ ਬਾਰੇ ਸੁਹਿਰਦ ਹੈਗੀ ਵੀ ਆ? ਜਿਸ ਤਰ੍ਹਾਂ ਦਾ ਉਸਨੇ ਪਹਿਲਾਂ ਕੀਤਾ ਔਰ ਉਸਨੇ ਜੋ ਕੀਤਾ ਬਿੱਲ ਪਾਸ ਕੀਤਾ ਉਹ ਬੜੇ ਵੱਡੇ ਰਿਸਕ ਦੇ ਉੱਤੇ ਕੀਤਾ। ਆਪਣੀ ਸਾਰੀ ਪੋਜੀਸ਼ਨ ਜਿਹੜੇ ਜਿਨ੍ਹਾਂ ਹਾਲਾਤ ਦੇ ਵਿੱਚ ਕੀਤਾ ਗਿਆ ਉਹਦੀ ਸਿਆਸਤ ਨੂੰ ਥੋੜਾ ਜਿਹਾ ਦੇਖ ਲੈਣਾ ਚਾਹੀਦਾ। ਜਿਸ ਵੇਲੇ ਉਹ ਪਾਸ ਕੀਤਾ ਗਿਆ ਉਦੋਂ ਤੱਕ ਜਿਹੜਾ ਪਾਣੀ ਦੇ ਮੁੱਦੇ ਦੇ ਉੱਤੇ ਜਿਹਨੂੰ ਆਪਾਂ ਕਹਿ ਦਈਏ ਕਿ ਵੀ ਪੰਜਾਬ ਦੇ ਵਿੱਚ ਜਿੰਨੀ ਸਿਆਸਤ ਕੀਤੀ ਸੀ ਉਹ ਅਕਾਲੀ ਦਲ ਨੇ ਕੀਤੀ ਸੀ। ਹਾਂਜੀ, ਅਕਾਲੀ ਦਲ ਦੀ ਉਸ ਸਿਆਸਤ ਦੇ ਵਿੱਚ ਇੱਕ ਤਰੀਕੇ ਦਾ ਵੱਢ ਮਾਰਨ ਲਈ ਉਹ ਬਹੁਤ ਇੱਕ ਅਹਿਮ ਨੁਕਤਾ ਹੁੰਦਾ ਸੀ, ਪਰ ਉਸ ਤੋਂ ਬਾਅਦ ਜਿਹੜੀ ਉਸ ਮੁੱਦੇ ਦੀ ਸੁਹਿਰਦਤਾ ਹੈ ਹਾਂਜੀ ਉਹ ਉੱਥੋਂ ਉਹ ਉਹਦਾ ਇਮਤਿਹਾਨ ਲਿਆ ਗਿਆ। ਗੱਲ ਕੁਐਸਚਨ ਇਹ ਨਹੀਂ ਹੈ, ਅੱਜ ਸਾਰੇ ਹਿੰਦੁਸਤਾਨ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਪਾਣੀਆਂ ਦੇ ਮਸਲਿਆਂ ਦੇ ਉੱਤੇ ਇੰਟਰ ਸਟੇਟ ਡਿਸਪਿਊਟਸ ਚੱਲ ਰਹੇ ਹੈ। ਹਾਂਜੀ, ਕਾਵੇਰੀ ਦਾ ਦਰਿਆ ਜਿਹੜਾ ਸਾਊਥ ਇੰਡੀਆ ਦੇ ਵਿੱਚ ਉਸ ਦੇ ਉੱਤੇ ਕਰਨਾਟਕਾ ਦਾ ਤੇ ਤਾਮਿਲਨਾਡੂ ਤੇ ਪਾਂਡੀਚਰੀ ਦਾ ਬਹੁਤ ਜ਼ਿਆਦਾ ਸੀਰੀਅਸ ਝਗੜਾ ਚੱਲ ਰਿਹਾ। ਬਿਲਕੁਲ ਚੱਲ ਰਿਹਾ। ਨਰਮਦਾ ਦੇ ਉੱਤੇ ਝਗੜਾ ਚੱਲ ਰਿਹਾ, ਬ੍ਰਹਮਪੁੱਤਰਾ ਤੇ ਝਗੜਾ ਚੱਲ ਰਿਹਾ, ਸਾਰੇ ਹਿੰਦੁਸਤਾਨ ਚ ਈਵਨ ਯੂਪੀ ਦੇ ਜਿਹੜੇ ਦਰਿਆ ਉਹਨਾਂ ਦੇ ਉੱਤੇ ਵੀ ਝਗੜੇ ਚੱਲ ਰਹੇ। ਹਾਂਜੀ, ਤੋ ਕੁਛ ਤਾਂ ਹੈਗੇ ਆ ਰਿਪੇਰੀਅਨ ਜਿਹੜੀਆਂ ਸਟੇਟਾਂ, ਕੁਛ ਹੈਗੇ ਕੋ ਰਿਪੇਰੀਅਨ ਅਪਰ ਸਟੇਟ ਐਂਡ ਲੋਅਰ ਸਟੇਟਸ। ਠੀਕ ਹੈ, ਤੋ ਪੰਜਾਬ ਦੇ ਜਿਹੜੇ ਦਰਿਆ ਇਹ ਕਿਸੇ ਇੰਡੀਅਨ ਸਟੇਟ ਨੂੰ ਟੱਚ ਨਹੀਂ ਕਰਦੇ, ਇਹ ਟੋਟਲੀ ਪੰਜਾਬ ਦੀ ਸੋਵਰਨਿਟੀ ਹੈ ਇੰਡੀਅਨ ਕੰਸਟੀਟਿਊਸ਼ਨ ਦੇ ਮੁਤਾਬਕ। ਲੇਕਿਨ ਅਨਫੋਰਚੂਨੇਟਲੀ ਪੰਜਾਬ ਦੇ ਨਾਲ ਧੋਖਾ ਕੀਤਾ ਸੈਂਟਰ ਨੇ, ਨਾਲ ਕੀਤਾ ਸਾਡੀ ਲੀਡਰਸ਼ਿਪ ਨੇ। 1966 ਤੋਂ ਪਹਿਲਾਂ ਹਾਂਜੀ ਜਿਹੜਾ ਪੰਜਾਬ ਦਾ ਸੂਬਾ ਸੀਗਾ ਹਰਿਆਣਾ ਉਹਦਾ ਹਿੱਸਾ ਸੀ, ਤੇ ਉਸ ਹਿਸਾਬ ਨਾਲ ਉਹ ਰਿਪੇਰੀਅਨ ਸੂਬਾ ਬਣਦਾ ਸੀਗਾ। ਹਾਂਜੀ, ਜਦੋਂ ਉਸ 1966 ਤੋਂ ਪਹਿਲਾਂ ਇਸ ਸੂਬੇ ਦਾ ਹਿੱਸਾ ਸੀ ਹਾਂਜੀ, ਤੇ ਇੱਕ ਪੇਰੈਂਟ ਸਟੇਟ ਹੋਣ ਦੇ ਨਾਤੇ, ਮਾਪਾ ਸੂਬਾ ਹੋਣ ਦੇ ਨਾਤੇ ਉਹਨਾਂ ਦਾ ਹੱਕ ਬਣਦਾ ਸੀ ਉਸ ਪਾਸੇ। ਮੈਂ ਇਹਦਾ ਜਵਾਬ ਦੇਣਾ ਥੋੜਾ ਜਿਹਾ, ਜਮਨਾ ਜਿਹੜੀ ਸੀ